ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਾਸ਼ਟ੍ਰੀਕਾਲ ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏ ਟੀਵੀ ਮੈਂ ਤੁਹਾਡੇ ਨਾਲ ਬਰਨ ਕੌਰ ਬਾਣ ਪਹਿਲਾਂ ਨਜ਼ਰ ਪਾਉਂਦੇ ਹਾਂ ਕੁਝ ਖਾਸ ਖਬਰਾਂ ਤੇ। ਅਮਰੀਕਾ ਦੇ ਪਰਿਵਾਰਕ ਵੀਜ਼ਾ ਬੁਲੇਟਿਨ ਦੇ ਵਿੱਚ ਹੋਈ ਮਾਮੂਲੀ ਹਿਲਜੁਲ ਅਮਰੀਕਾ ਚ ਪੜ ਰਹੇ ਭਾਰਤੀ ਵਿਦਿਆਰਥੀਆਂ ਨੂੰ ਮਿਲੇਗਾ ਗ੍ਰੀਨ ਕਾਰਡ ਆਸਟ੍ਰੇਲੀਆਈ ਸਰਕਾਰ ਦਾ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ 트럼ਪ ਦੀ ਹੱਤਿਆ ਦੀ ਕੋਸ਼ਿਸ਼ ਦੇ ਵਿੱਚ ਗ੍ਰਫਤਾਰ ਕੀਤੇ ਗਏ ਰਿਆਨ ਵੇਸਲੇ ਰੂਥ ਅਦਾਲਤ ਵਿੱਚ ਪੇਸ਼ 25000 ਮੀਲ ਦੀ ਰਫਤਾਰ ਨਾਲ ਧਰਤੀ ਵੱਲ ਆ ਰਿਹਾ ਸੀ ਐਸਟਰੋਰਾਇਡ ਟਲ ਗਿਆ ਖਤਰਾ 에ਅਰ ਕੈਨੇਡਾ ਦੀ ਹੜਤਾਲ ਟਲੀ ਮੁਸਾਫਰਾਂ ਨੇ ਲਿਆ ਸੁੱਖ ਦਾ ਸਾਹ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਕਈ ਸਾਰੀਆਂ ਖਬਰਾਂ US Department of State ਵੱਲੋਂ ਅਕਤੂਬਰ 2024 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ ਇਸ ਮਹੀਨੇ ਵੀ ਕੁਝ ਖਾਸ ਹਿਲਜੁਲ ਦੇਖਣ ਨੂੰ ਨਹੀਂ ਮਿਲੀ ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ਵਿੱਚ ਰਹਿ ਰਹੇ ਆਪਣੇ ਭੈਣ ਭਰਾਵਾਂ ਨੂੰ F4 ਕੈਟਾਗਰੀ ਲਈ ਅਪਲਾਈ ਕੀਤਾ ਹੈ ਅਤੇ ਭੈਣ ਭਰਾਵਾਂ ਤੇ ਬੱਚੇ ਜਿਹੜੇ 21 ਸਾਲ ਤੋਂ ਘੱਟ ਹਨ ਉਹਨਾਂ ਲਈ ਤਰੀਕ 1 ਮਾਰਚ 2006 ਤੱਕ ਪਹੁੰਚ ਗਈ ਹੈ US ਸਿਟੀਜ਼ਨ ਦੇ ਵਿਆਹ ਹੋਏ ਬੱਚੇ ਤੇ ਉਹਨਾਂ ਦੇ ਅੱਗੇ ਹੋ ਛੋਟੇ ਬੱਚੇ ਜਾਣ ਕੇ F3 ਕੈਟਾਗਰੀ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਉਹਨਾਂ ਦੀ ਤਾਰੀਖ 1 April 2010 ਸਥਿਰ ਹੈ ਗ੍ਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ ਗਏ 21 ਸਾਲ ਤੋਂ ਵੱਧ ਉਮਰ ਦੇ ਬੱਚੇ ਜੋ ਕਿ F2B ਕੈਟਾਗਰੀ ਨਾਲ ਸੰਬੰਧਤ ਹਨ ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 1 May 2016 ਚੱਲ ਰਹੀ ਹੈ ਗ੍ਰੀਨ ਕਾਰਡ ਹੋਲਡਰ ਪਤੀ ਪਤਨੀ ਦੇ 21 ਸਾਲ ਤੋਂ ਘੱਟ ਬੱਚੇ ਜਿਹੜੇ ਕਿ F2A ਕੈਟਾਗਰੀ ਚਾਹੁੰਦੇ ਹਨ ਉਹਨਾਂ ਦੀ ਤਾਰੀਖ 22 November 2021 ਚੱਲ ਰਹੀ ਹੈ ਅਮਰੀਕਨ ਸਿਟੀਜ਼ਨ ਦੇ ਵੇ ਆਹੇ ਬੱਚੇ ਜਿਹੜੇ 21 ਸਾਲ ਤੋਂ ਵੱਧ ਹਨ ਉਹਨਾਂ ਦੀ ਸਮਾ ਸੂਚੀ 22 ਅਕਤੂਬਰ 2015 ਦਰਸਾ ਰਹੀ ਹੈ ਨੈਸ਼ਨਲ ਵੀਜ਼ਾ ਸੈਂਟਰ ਵੱਲੋਂ ਇੰਟਰਵਿਊ ਦਾ ਸਮਾਂ F4 ਕੈਟਾਗਰੀ ਲਈ 15 ਜੂਨ 2006 ਤੋਂ ਪਹਿਲਾਂ ਅਪਲਾਈ ਹੋਏ ਅਰਜ਼ੀਕਾਰਾਂ ਤੋਂ ਪੇਪਰ ਮੰਗੇ ਜਾ ਰਹੇ ਹਨ F3 ਕੈਟਾਗਰੀ ਲਈ 1 ਜੁਲਾਈ 2011 F2B ਕੈਟਾਗਰੀ ਲਈ 1 ਜਨਵਰੀ 2017 F2A ਕੈਟਾਗਰੀ ਲਈ 15 ਜੁਲਾਈ 2024 ਅਤੇ F1 ਕੈਟਾਗਰੀ ਲਈ 1 ਸਤੰਬਰ 2017 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਹਨ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ 트ੰਪ ਨੇ ਆਪਣੇ ਵਿਰੋਧੀ ਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਕਮਲਾ ਹੈਰਿਸ ਜਹੂਦੀਆਂ ਨੂੰ ਨਫ਼ਰਤ ਕਰਦੇ ਨੇ। ਜੇ ਉਹ ਚੋਣ ਜਿੱਤ ਜਾਂਦੇ ਨੇ ਤਾਂ ਇਜ਼ਰਾਇਲ ਦੀ ਤਬਾਹੀ ਯਕੀਨੀ ਹੈ ਕਿਉਂਕਿ ਡੈਮੋਕ੍ਰੇਟਸ ਹਮਾਸ ਦੇ ਸਮਰਥਕ ਨੇ ਉਹਨਾਂ ਦੇ ਵੱਡੇ ਨੇਤਾ ਫਲਸਤੀਨ ਦੇ ਨਾਂ ਤੇ ਹਮਾਸ ਨੂੰ ਉਤਸ਼ਾਹਿਤ ਕਰਦੇ ਨੇ। ਅਮਰੀਕੀ ਲੀਡਰਸ਼ਿਪ ਦੀ ਕਮਜ਼ੋਰੀ ਕਾਰਨ ਹਮਾਸ ਦੇ ਵੱਲੋਂ ਬੰਦਕ ਬਣਾਏ ਗਏ ਲੋਕਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਗਿਆ ਇਹਨਾਂ ਵਿੱਚ ਕਈ ਅਮਰੀਕੀ ਵੀ ਸ਼ਾਮਲ ਨੇ ਇੱਕ ਹਿੰਦੀ ਅਖਬਾਰ ਨਾਲ ਇੰਟਰਵਿਊ ਦੇ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਹਿ ਦਿੱਤਾ ਹੈ ਕਿ ਡੈਮੋਕ੍ਰੇਟਸ ਅੰਤਰਰਾਸ਼ਟਰੀ ਨੀਤੀ ਵਿੱਚ ਅਸਫਲ ਰਹੇ ਨੇ ਅਮਰੀਕਾ ਨੇ ਇਜ਼ਰਾਈਲ ਹਮਾਸ ਜੰਗ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਨਹੀਂ ਕੀਤੀ ਹੈ ਅਫਸੋਸ ਦੀ ਗੱਲ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਬਿਨਾਂ ਕਿਸੇ ਚਰਚਾ ਦੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਸੀ ਅਜਿਹੇ ਚੁਕਮੰਤਰੀ ਪੱਧਰ ਤੇ ਫੈਸਲਿਆਂ ਚ ਕੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤੀ ਅਮਰੀਕੀ ਮੇਰੇ ਵੱਡੇ ਸਮਰਥਕ ਨੇ ਕਿਉਂਕਿ ਪਿਛਲੀਆਂ ਚੋਣਾਂ 'ਚ ਵੀ ਮੈਨੂੰ ਉਹਨਾਂ ਦਾ ਸਮਰਥਨ ਮਿਲਿਆ ਸੀ ਕਈ ਭਾਰਤੀ ਮੇਰੀ ਚੋਣ ਵਿੱਚ ਪ੍ਰਚਾਰ ਕਰ ਰਹੇ ਨੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਭਾਰਤ ਮੇਰੇ ਤੋਂ ਵਧੀਆ ਦੋਸਤ ਨਹੀਂ ਮਿਲੇਗਾ ਅਮਰੀਕੀ ਇਮੀਗ੍ਰੇਸ਼ਨ ਪ੍ਰਕਿਰਿਆ ਤੇ ਡੋਨਲਡ ਟਰੰਪ ਨੇ ਕਿਹਾ ਕਿ ਉਹ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਸਖਤ ਰਹੇ ਨੇ ਹਾਲੇ ਵਿੱਚ ਉਹਨਾਂ ਨੇ ਅਮਰੀਕਾ ਵਿੱਚ ਪੜ ਰਹੇ ਭਾਰਤੀਆਂ ਨੂੰ ਗ੍ਰੀਨ ਕਾਰਡ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ ਪਾ ਵਪਾਰਤੀ ਵਿਦਿਆਰਥੀਆਂ ਨੂੰ ਪੜਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਸੈਟਲ ਹੋਣ ਦੇ ਲਈ ਸਾਰੀਆਂ ਸਹੂਲਤਾਂ ਮਿਲਣਗੀਆਂ ਦਰਅਸਲ ਬਹੁਤ ਸਾਰੇ ਵਿਦਿਆਰਥੀ ਅਮਰੀਕਾ ਦੀਆਂ ਨਾਮਵਾਰ ਯੂਨੀਵਰਸਿਟੀਆਂ ਹਾਰਵਰਡ ਅਤੇ ਐਮਆਈਟੀ ਤੋਂ ਪੜ੍ਹ ਕੇ ਵਾਪਸ ਆਪਣੇ ਵਤਨ ਭਾਰਤ ਪਰਤ ਜਾਂਦੇ ਨੇ ਜਿਸ ਕਾਰਨ ਅਮਰੀਕਾ ਨੂੰ ਬਹੁਤ ਨੁਕਸਾਨ ਚੱਲਣਾ ਪੈਂਦਾ ਹੈ ਆਸਟ੍ਰੇਲੀਆ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ 150 ਕਾਲਜਾਂ ਨੂੰ ਬੰਦ ਕਰ ਦਿੱਤਾ ਹੈ ਸਰਕਾਰ ਦੇ ਇਸ ਫੈਸਲੇ ਨਾਲ ਦਾਖਲਾ ਲੈ ਚੁੱਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ ਹਾਲੇ ਵਿੱਚ ਪ੍ਰਾਈਵੇਟ ਕਾਲਜਾਂ ਵਿੱਚ ਦਾਖਲਾ ਫੀਸ ਵਜੋਂ ਲੱਖਾਂ ਰੁਪਏ ਅਦਾ ਕਰਕੇ ਆਸਟ੍ਰੇਲੀਆ ਗਏ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ ਆਸਟ੍ਰੇਲੀਅਨ ਅਧਿਕਾਰੀਆਂ ਨੇ ਲਗਭਗ 150 ਤੀਜੇ ਦਰਜੇ ਦੇ ਕਾਲਜਾਂ ਨੂੰ ਬੰਦ ਕਰ ਦਿੱਤਾ ਕਿਉਂਕਿ ਉਹ ਸਬੂਤ ਦਿਖਾਉਣ ਵਿੱਚ ਅਸਫਲ ਰਹੇ ਕਿ ਇਹ ਵਿਦਿਆਰਥੀਆਂ ਨੂੰ ਕੋਈ ਨਿਯਮਿਤ ਸਿੱਖਲਾਈ ਜਾਂ ਪੜਾਈ ਦੀ ਪੇਸ਼ਕਸ਼ ਕਰ ਰਹੇ ਸਨ ਇਹਨਾਂ ਵਿੱਚੋਂ ਕੁਝ ਕਾਲਜ ਪੰਜਾਬ ਦੇ ਬੇਈਮਾਨ ਏਜੰਟਾਂ ਤੇ ਸਟੱਡੀ ਵੀਜ਼ਾ ਸਲਾਹਕਾਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਜਾਂ ਉਹਨਾਂ ਦੀ ਸਹਿਮਲਕੀਅਤ ਸਨ ਦਹਾਕਿਆਂ ਤੋਂ ਗੈਰਕਾਨੂੰਨੀ ਪ੍ਰਾਈਵੇਟ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੈਕ ਡੋਰ ਇਮੀਗ੍ਰੇਸ਼ਨ ਅਤੇ ਕੰਮ ਦੇ ਅਧਿਕਾਰ ਪ੍ਰਦਾਨ ਕਰ ਰਹੇ ਸਨ ਉਧਰ ਹੁਨਰ ਅਤੇ ਸਿਖਲਾਈ ਮੰਤਰੀ ਨੇ ਮੀਡੀਆ ਵਿੱਚ ਹਵਾਲਾ ਦਿੱਤਾ ਸਾਡੀ ਸਰਕਾਰ ਦੇ ਅਧੀਨ ਇਸ ਖੇਤਰ ਨੂੰ ਕਮਜ਼ੋਰ ਕਰਨ ਅਤੇ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸ సేవి వ్యక్తి ਲਈ ਕੋਈ ਥਾਂ ਨਹੀਂ ਹੈ ਜਾਣਕਾਰੀ ਦੇ ਮਤਾਂਕ ਅਲਬਾਨੀਜ਼ ਸਰਕਾਰ ਨੇ ਆਸਟ੍ਰੇਲੀਅਨ ਸਕਿੱਲ ਕੁਆਲਿਟੀ ਅਥਾਰਟੀ ਦੁਆਰਾ ਕੀਤੀ ਗਈ ਕਾਰਵਾਈ ਦੇ ਤਹਿਤ ਬੰਦ ਕੀਤੀਆਂ ਗਈਆਂ ਵੋਕੇਸ਼ਨਲ ਸਿੱਖਿਆ ਸੰਸਥਾਵਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ ਉੱਤਰ ਭਾਰਤ ਦੇ ਸੈਂਕੜੇ ਵਿਦਿਆਰਥੀ ਹਰ ਸਾਲ ਡੰਮੀ ਦਾਖਲੇ ਲੈਣ ਅਤੇ ਇਸ ਦੀ ਬਜਾਏ ਕੰਮ ਕਰਨ ਦੇ ਲਈ ਇਨ੍ਹਾਂ ਕਾਲਜਾਂ ਵਿੱਚ ਆਉਂਦੇ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਤਿਆ ਦੀ ਕੋਸ਼ਿਸ਼ ਵਿੱਚ ਗ੍ਰਫਤਾਰ ਕੀਤੇ ਗਏ 58 ਸਾਲਾ ਰિયાન ਵੇਸਲੇ ਰੂਥ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰੂਥ ਤੇ ਬਿਨਾ ਸੀਰੀਅਲ ਨੰਬਰ ਦੇ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ ਹੈ ਰિયાન ਨੂੰ ਮੌਕੇ ਤੋਂ ਭੱਜਣ ਤੋਂ ਬਾਅਦ ਨੇੜਲੇ ਮਾਰਟਨ ਕਾਉਂਟੀ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਫੈਡਰਲ ਅਦਾਲਤ ਦੀ ਪਹਿਲੀ ਪੇਸ਼ੀ ਮੌਕੇ ਉਸ ਉੱਤੇ ਸੰਗੀ ਬੰਦੂਕ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਆਉਣ ਵਾਲੇ ਸਮੇਂ ਵਿੱਚ ਉਸ ਉੱਤੇ ਹੋਰ ਵੀ ਵਾਧੂ ਦੋਸ਼ ਲਗਾਉਣ ਦੀ ਸੰਭਾਵਨਾ ਹੈ ਪਿਛਲੇ 9 ਹਫ਼ਤਿਆਂ ਦੇ ਦੌਰਾਨ 트ੰਪ ਦੇ ਇਹ ਦੂਜਾ ਹਮਲਾ ਸੀ ਇਸ ਹਮਲੇ 'ਚ ਉਹ ਬਿਲਕੁਲ ਸੁਰੱਖਿਅਤ ਰਹੇ ਕਿਉਂਕਿ ਉਹਨਾਂ ਨੂੰ ਜਲਦ ਹੀ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ ਸੀ ਸਾਬਕਾ ਰਾਸ਼ਟਰਪਤੀ 트ੰਪ ਆਪਣੇ ਘਰ ਦੇ ਨਜ਼ਦੀਕ ਆਫ ਦਾ ਰਿਕਾਰਡ ਮੂਵਮੈਂਟ ਦੌਰਾਨ ਇੱਥੇ 골ਫ ਖੇਡਣ ਆਏ ਸੀ ਜੋ ਕਿ ਉਹਨਾਂ ਦੇ ਜਨਤਕ ਕਾਰਜਕ੍ਰਮ ਦੇ ਵਿੱਚ ਨਹੀਂ ਸੀ ਉਤਰ ਅਧਿਕਾਰੀਆਂ ਨੇ ਕਿਹਾ ਕਿ ਹਰਾਸਤ ਵਿੱਚ ਲਏ ਗਏ ਸ਼ੱਕੀ ਨੇ ਕਿਸੇ ਵੀ ਸਰ ਜਿਸ 에ਜੰਟ ਤੇ ਗੋਲੀ ਨਹੀਂ ਚਲਾਈ 트럼ਪ ਦੀ ਟੀਮ ਵੱਲੋਂ ਇਸ ਘਟਨਾ ਤੋਂ ਬਾਅਦ ਸੀਕ੍ਰੇਟ ਸਰਵਿਸ ਨੂੰ ਸੁਰੱਖਿਆ ਵਧਾਉਣ ਦੇ ਲਈ ਬੇਨਤੀ ਕੀਤੀ ਗਈ ਹੈ ਸੀਕ੍ਰੇਟ ਸਰਵਿਸ ਦਾ ਕਹਿਣਾ ਹੈ ਕਿ 13 ਜੁਲਾਈ ਤੋਂ ਬਾਅਦ 트럼ਪ ਦੀ ਸੁਰੱਖਿਆ ਪਹਿਲਾਂ ਹੀ ਵਧਾ ਦਿੱਤੀ ਗਈ ਸੀ FBI ਫਲੋਰੀਡਾ ਦੇ ਵੈਸਟ ਪਾਮ ਬੀਚ ਵਿੱਚ ਸਥਿਤ 골ਫ ਕੋਰਸ ਵਿੱਚ ਸਾਫਕਾਰ ਰਾਸ਼ਟਰਪਤੀ 트럼ਪ ਦੀ ਹੋਈ ਹੱਤਿਆ ਦੀ ਕੋਸ਼ਿਸ਼ ਦੀ ਜਾਂਚ ਕਰ ਰਹੀ ਹੈ FBI ਅਨੁਸਾਰ ਕਥਿਤ ਸ਼ੱਕੀ ਉਸ ਵਕਤ ਝਾੜੀਆਂ ਵਿੱਚ ਸੀ ਅਤੇ ਉਸ ਕੋਲ ਅਰਧ ਆਟੋਮੈਟਿਕ ਰਾਈਫਲ ਮੌਜੂਦ ਸੀ ਅਤੇ ਉਹ ਟਰੰਪ ਕੋਲੋਂ ਲਗਭਗ 400 ਗੱਜ ਦੀ ਦੂਰੀ ਤੇ ਸੀ ਸ਼ੁਕਰ ਹੈ ਕਿ ਤਬਾਹੀ ਟਲ ਗਈ ਬੀਤੀ ਰਾਤ ਧਰਤੀ ਤੇ ਪੁਚਾਲ ਅਤੇ ਤੂਫਾਨ ਆਉਣ ਦਾ ਖਤਰਾ ਸੀ ਪਰ ਉਹ ਕਾਲੀ ਰਾਤ ਲੰਘ ਗਈ ਅਮਰੀਕਾ ਦੀ ਪੁਲਾੜ ਏਜੰਸੀ ਨੇ ਉਸ ਐਸਟਰਾਇਡ ਦੇ ਸੰਬੰਧ ਵਿੱਚ ਤਾਜ਼ਾ ਅਪਡੇਟ ਦਿੱਤਾ ਜੋ 15 ਸਤੰਬਰ ਦੀ ਰਾਤ ਨੂੰ ਧਰਤੀ ਨਾਲ ਟਕਰਾਉਣ ਜਾ ਰਿਹਾ ਸੀ ਔਨ 2024 ਨਾਮ ਦਾ ਇਹ ਗ੍ਰਹਿ ਧਰਤੀ ਤੋਂ ਲਗਭਗ 6 ਲੱਖ 20 ਹਜ਼ਾਰ ਮੀਲ ਦੀ ਦੂਰੀ ਤੋਂ 25 ਹਜ਼ਾਰ ਮੀਲ ਯਾਨੀ ਲਗਭਗ 1 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲੰਘਿਆ ਪਰ ਇਹ ਧਰਤੀ ਨਾਲ ਨਹੀਂ ਟਕਰਾਇਆ ਇਹ ਗ੍ਰਹਿ 720 ਫੁੱਟ ਵੱਡਾ ਸੀ ਜੋ ਕਿ ਦੋ ਕ੍ਰਿਕਟ ਪਿਚਾਂ ਦਾ ਆਕਾਰ ਹੈ ਪੁਲਾੜ ਵਿਗਿਆਨੀਆਂ ਦੇ ਮੁਤਾਬਕ ਧਰਤੀ ਫਿਲਹਾਲ ਸੁਰੱਖਿਅਤ ਹੈ ਪਰ ਸਾਲ 2036 ਵਿੱਚ ਇੰਨਾ ਹੀ ਵੱਡਾ ਗ੍ਰਹਿ ਧਰਤੀ ਵੱਲ ਆ ਜਾਏਗਾ ਮੀਡੀਆ ਰਿਪੋਰਟਾਂ ਮੁਤਾਬਕ 15 ਸਤੰਬਰ ਦੀ ਰਾਤ ਨੂੰ ਜਦੋਂ ਇਹ ਗ੍ਰਹਿ ਧਰਤੀ ਵੱਲ ਆਇਆ ਤਾਂ ਨਾਸਤਾ ਦੇ ਨੀਅਰ ਅਰਥ ਆਬਜੈਕਟ ਆਬਜ਼ਰਵੇਸ਼ਨ ਪ੍ਰੋਗਰਾਮ ਦੇ ਵਿਗਿਆਨੀਆਂ ਨੇ ਇਸ ਦੀ ਗਤੀ ਅਤੇ ਪਾਸੇ ਨੂੰ ਟਰੈਕ ਕੀਤਾ ਵਿਗਿਆਨੀਆਂ ਨੇ ਕੈਲੀਫੋਰਨੀਆ ਦੀ ਜੈਟ ਪ੍ਰੋਪਲਸ਼ਨ ਲਾਭ ਦੇ ਰਡਾਰ ਅਤੇ ऑप्टिकल टेलीस्कोपਾਂ ਰਾਹੀਂ ਇਸਤੇ ਪੂਰੀ ਨਜ਼ਰ ਰੱਖੀ ਪਰ ਪੂਲਾਰਟ ਅਜੇ ਹਾ ਕੋਈ ਤੂਫਾਨ ਨਹੀਂ ਸੀ ਜੋ ਇਸਦਾ ਪਾਸਾ ਬਦਲ ਸਕੇ ਅਤੇ ਰਾਤ ਬੀਤ ਗਈ। ਗ੍ਰਹਿ ਵੀ ਧਰਤੀ ਦੇ ਨੇੜੇ ਤੋਂ ਸੁਰੱਖਿਅਤ ਲੰਘ ਗਿਆ। ਹਾਲਾਂਕਿ ਵਿਗਿਆਨੀਆਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਇਸ ਦੀ ਬਹੁਤ ਤੇਜ਼ ਰਫ਼ਤਾਰ ਅਤੇ ਧਰਤੀ ਤੋਂ ਦੂਰੀ ਹੋਣ ਕਾਰਨ ਟਕਰਾਉਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਜੇਕਰ ਕੋਈ ਸੂਰਜੀ ਤੂਫਾਨ ਆਉਂਦਾ ਹੈ ਤਾਂ ਇਸ ਦੀ ਦਿਸ਼ਾ ਬਦਲ ਸਕਦੀ ਹੈ। ਅਜੇ ਹਾ ਨਹੀਂ ਹੋਇਆ ਅਤੇ ਖਤਰਾ ਟਲ ਗਿਆ। ਹਾ ਕਿਉਂਕਿ ਇਹ ਧਰਤੀ ਦੇ ਬਹੁਤ ਨੇੜੇ ਤੋਂ ਲੰਘਿਆ ਹੈ ਇਸ ਦੀ ਲਹਿਰਾਂ ਨੇ ਇਸ ਨੂੰ ਪ੍ਰਭਾਵਿਤ ਕੀਤਾ ਹੈ ਏਅਰ ਕੈਨੇਡਾ ਦੇ ਲੱਖਾਂ ਮੁਸਾਫਰਾਂ ਨੇ ਸੁੱਖ ਦਾ ਸਾਹ ਲਿਆ ਜਦੋਂ ਪਾਇਲਟ ਯੂਨੀਅਨ ਅਤੇ ਪ੍ਰਬੰਧਕਾਂ ਵਿਚਾਲੇ ਸਮਝੌਤਾ ਹੋਣ ਵਗਰੋਂ ਹੜਤਾਲ ਦਾ ਖਤਰਾ ਟਲਿਆ ਦੋਹਾਂ ਧਿਰਾਂ ਦਰਮਿਆਨ ਹੋਏ ਸਮਝੌਤੇ ਵਿਚਲੀਆਂ ਮਦਦ ਨੂੰ ਜੰਤਕ ਨਹੀਂ ਕੀਤਾ ਕਿ ਆਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮਤਾਬਕ ਕੈਅਰ ਕੈਨੇਡਾ ਵੱਲੋਂ ਪਾਇਲਟਾਂ ਦੀ ਤਨਖਾਹ ਵਿੱਚ 4 ਸਾਲ ਦੇ ਦੌਰਾਨ 42% ਦੀ ਵਾਅਦਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੜਤਾਲ ਹੋਣ ਦੀ ਸੂਰਤ ਵਿੱਚ ਨਾ ਕੇਵਲ ਘਰੇਲੂ ਮੁਸਾਫਰਾਂ ਨੂੰ ਦਿੱਕਤ ਦਾ ਸਾਮਣਾ ਕਰਨਾ ਪੈਂਦਾ ਸਗੋਂ ਭਾਰਤ ਸਣੇ ਯੂਰਪ ਜਾਂ ਦੁਨੀਆ ਦੇ ਹੋਰ ਨਾਂ ਮੁਲਕਾਂ ਵੱਲ ਜਾਣ ਦੇ ਲਈ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਚੁੱਕੇ ਮੁਸਾਫਰ ਵੱਡੀ ਮੁਸ਼ਕਲ ਵਿੱਚ ਘਰ ਜਾਂਦੇ 에ਅਰਲਾਈਨ ਪਾਇਲਟਸ ਐਸੋਸੀਏਸ਼ਨ ਅਤੇ 에ਅਰ ਕੈਨੇਡਾ ਵੱਲੋਂ ਮਸਲਾ ਸੁਲਝਾਉਣ ਦੇ ਲਈ ਪਿਛਲੇ 15 ਮਹੀਨੇ ਤੋਂ ਯਤਨ ਕੀਤੇ ਜਾ ਰਹੇ ਸੀ ਪਰ ਸਹਿਮਤੀ ਨਾਲ ਬਣਨ ਜਾਨਕੀ ਸਹਿਮਤੀ ਨਾ ਬਣਨ ਸਦਕਾ ਐਤਵਾਰ ਤੋਂ ਦੋਵੇਂ ਤਰ੍ਹਾਂ ਆਪਣੇ ਪੱਧਰ ਤੇ ਕਦਮ ਉਠਾਉਣ ਦੇ ਲਈ ਅਧਿਕਾਰਤ ਹੋ ਗਈਆਂ ਪਾਇਲਟਾਂ ਦੀ ਦਲੀਲ ਸੀ ਕਿ ਜਦੋਂ 에어 ਕੈਨੇਡਾ ਦੇ ਮੁਨਾਫੇ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ ਤਾਂ ਉਹਨਾਂ ਦੀ ਉਜਰਤ ਦਰਾਂ ਹੋਰ ਨਾਲ ਮੁਕਾਬਲੇ ਘਟ ਕਿਉਂ ਰਹਿਣ ਪਾਇਲਟਾਂ ਦੀਆਂ ਮੰਗਾਂ ਵਿੱਚ ਤਨਖਾਹਾਂ ਤੋਂ ਇਲਾਵਾ ਸੇਵਾ ਮੁਕਤੀ ਲਾਭ ਅਤੇ ਕੰਮਾਂ ਦੇ ਨਿਮਾ ਦੇ ਵਿੱਚ ਸੋਧ ਵੀ ਸ਼ਾਮਲ ਸੀ 에어 ਕੈਨੇਡਾ ਅਤੇ ਇਸ ਦੇ ਸਸਤੇ ਹਵਾਈ ਸਫ਼ਰ ਵਾਲੀ ਇਕਾਈ 에어 ਕੈਨੇਡਾ ਰੋਜ਼ ਵੱਲੋਂ ਰੋਜ਼ਾਨਾ 670 ਫਲਾਈਟਾਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ ਅਤੇ ਤਕਰੀਬਨ 1,10,000 ਮੁਸਾਫਰਾਂ ਨੂੰ ਮੰਜ਼ਲ ਤੇ ਪਹੁੰਚਾਇਆ ਜਾਂਦਾ ਹੈ ਹੜਤਾਲ ਦੇ ਮੱਦੇਨਜ਼ਰ ਮੁਸਾਫਰਾਂ ਨੇ ਬਦਲਵੇਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਪਰ ਕਿਰਾਇਆ ਵੀ ਨਾਲੋਂ ਨਾਲ ਅਸਮਾਨ ਚੜਨ ਲੱਗਾ ਬੀਸੀ ਦੀ ਮਾਰਗਰੇਟ ਸ਼ੈਪੀਰੋ ਨੇ ਦੱਸਿਆ ਕਿ ਲਾਸ ਵੇਗਾਸ ਜਾਣ ਵਾਲੇ ਵਾਸਤੇ ਉਹਨਾਂ ਨੇ 에ਅਰ ਕੈਨੇਡਾ ਦੀ ਬੁਕਿੰਗ ਕਰਵਾਈ ਸੀ ਪਰ ਹੜਤਾਲ ਦੀ ਸੂਰਤ ਦੇ ਵਿੱਚ 400 ਡਾਲਰ ਦਾ ਵਾਧੂ ਖਰਚਾ ਕਰਨਾ ਪੈਂਦਾ ਹੈ ਕੁਝ ਮੁਸਾਫਰਾਂ ਨੇ ਸ਼ਿਕਾਇਤ ਕੀਤੀ ਹੈ ਕਿ 에ਅਰ ਕੈਨੇਡਾ ਵੱਲੋਂ ਕੋਈ ਸਪੈਕ ਤਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਆਖਰਕਾਰ ਫਲਾਈਟਸ ਕਦੋਂ ਤੋ ਰੱਦ ਕੀਤੀਆਂ ਜਾ ਰਹੀਆਂ ਨੇ ਇੱਥੇ ਦੱਸਣਾ ਬਣਦਾ ਹੈ ਕਿ ਇੰਡੀਆ ਜਾਣ ਦੇ ਲਈ ਟਿਕਟਾਂ ਬੁੱਕ ਕਰ ਚੁੱਕੇ ਪ੍ਰਵਾਸੀਆਂ ਵੱਲੋਂ ਸੰਭਾਵਿਤ ਹੜਤਾਲ ਦੇ ਮੱਦੇਨਜ਼ਰ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸਭ ਤੋਂ ਪਹਿਲਾਂ ਲੰਬੀ ਦੂਰੀ ਵਾਲੀਆਂ ਫਲਾਈਟਸ ਦੀ ਰੱਦ ਹੋਣੀਆਂ ਸੀ ਅਤੇ ਸਤੰਬਰ ਦੇ ਅੰਤ ਵਿੱਚ ਬੁਕਿੰਗ ਵਾਲੇ ਮੁਸਾਫਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਜਾਂ ਆਪਣੀ ਪੰਜਾਬ ਫੇਰੀ ਮੁਲਤਵੀ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ ਸਿਗਾ ਦੱਸਦੀ ਹੈ ਕਿ ਭਾਵੇਂ ਐਤਵਾਰ ਤੱਕ ਫਲਾਈਟਸ ਰੱਦ ਕਰਨ ਦੀ ਨੌਬਤ ਨਾ ਆਈ ਪਰ ਕਾਰਗੋ ਸਰਵਿਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਐਟਲੈਂਟਿਕ ਕੈਨੇਡਾ ਤੋਂ ਯੂਰਪ ਤੱਕ ਸੀ ਫੂਡ ਐਕਸਪੋਰਟ ਤਕਰੀਬਨ ਠੱਪ ਹੋਣ ਦੇ ਕੰਡੇ ਪੁੱਜ ਚੁੱਕਾ ਸੀ ਪਰ ਹੁਣ ਹਾਲਾਤ ਕਾਬੂ ਹੇਠਾਂ ਆ ਚੁੱਕੇ ਨੇ ਅਮਰੀਕਾ ਦੇ ਸੱਤਕਰ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਲਡ 트੍ਰੰਪ ਨੇ ਇੱਕ ਵਾਰ ਫਿਰ ਪੌਪ ਸਟਾਰ ਟੇਲਰ ਸਵਿਫਟ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਸਵਿਫਟ ਨੂੰ ਨਫ਼ਰਤ ਕਰਦੇ ਨੇ 트੍ਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਸਵਿਫਟ ਨੂੰ ਹੈਰਸ ਦਾ ਸਮਰਥਨ ਕਰਨ ਦੇ ਲਈ ਬਹੁਤ ਵੱਡੀ ਕੀਮਤ ਚੁਕਾਉਣੀ ਪੈਗੀ ਹਾਲੇ ਵਿੱਚ 트੍ਰੰਪ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ਰੌਥ ਸੋਸ਼ਲ ਤੇ ਪੋਸਟ ਕੀਤਾ ਸੀ 트럼ਪ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕੁਝ ਦਿਨ ਪਹਿਲਾਂ ਟੇਲਰ ਸਵਿਫਟ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਕੀਤਾ ਸੀ ਕਿ ਉਹ ਰਾਸ਼ਟਰਪਤੀ ਚੋਣਾਂ ਚ ਕਮਲਾ ਹੈਰਿਸ ਅਤੇ ਟਿਮ ਵੌਲਜ਼ ਨੂੰ ਵੋਟ ਦੇਗੀ 트럼ਪ ਉਦੋਂ ਤੋਂ ਹੀ ਟੇਲਰ ਸਵਿਫਟ ਦੇ ਪਿੱਛੇ ਪਏ ਹੋਏ ਨੇ ਨੀਕੀ ਅਰਬਪਤੀ ਐਲਨ ਮਸਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਦੂਜੀ ਵਾਰ ਹੱਤਿਆ ਦੀ ਕੋਸ਼ਿਸ਼ ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਵਾਦਾਂ 'ਚ ਘਿਰ ਗਏ ਨੇ। ਉਹਨਾਂ ਨੇ ਸਵਾਲ ਉਠਾਇਆ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਤੇ ਕੋਈ ਵੀ ਹੱਤਿਆ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਿਹਾ? ਮਸਕ ਨੇ ਇੱਕ ਐਕਸ ਉਪਭੋਗਤਾ ਦੇ ਸਵਾਲ ਦਾ ਜਵਾਬ ਦਿੱਤਾ ਕਿ ਉਹ ਟਰੰਪ ਨੂੰ ਕਿਉਂ ਮਾਰਨਾ ਚਾਹੁੰਦੇ ਨੇ? ਮਸਕ ਨੇ ਲਿਖਿਆ ਕਿ ਅਤੇ ਕੋਈ ਕੀ ਬਾਈਡਨ ਕਮਲਾ ਨੂੰ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਮਸਕ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਟਰੰਪ ਤੇ ਦੂਜੀ ਵਾਰ ਕਤਲ ਦੀ ਕੋਸ਼ਿਸ਼ ਦੀਆਂ ਖਬਰਾਂ ਸਾਹਮਣੇ ਆਈਆਂ ਇਹ ਘਟਨਾ ਫਲੋਰੀਡਾ ਦੇ ਇੱਕ 골ਫ ਕੋਰਸ ਦੇ ਬਾਹਰ ਵਾਪਰੀ ਜਿੱਥੇ ਟਰੰਪ 골ਫ ਖੇਡ ਰਹੇ ਸਨ ਘਟਨਾ ਦੌਰਾਨ ਹਮਲਾਵਾਰ ਨੇ AK-47 ਵਰਗੀ ਅਸੌਲਟ ਰਾਈਫਲ ਅਤੇ ਕੁਝ ਹੋਰ ਸਮਾਨ ਘਟਨਾ ਥਾਂ ਤੇ ਛੱਡ ਦਿੱਤਾ ਤੇ ਇੱਕ ਵਾਹਨ 'ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਅਮਰੀਕੀ ਜਾਂਚ ਏਜੰਸੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਪਹਿਲਾਂ ਵੀ ਜੁਲਾਈ 2024 ਵਿੱਚ ਟਰੰਪ ਤੇ ਹੱਤਿਆ ਦੀ ਕੋਸ਼ਿਸ਼ ਹੋਈ ਸੀ ਜਦੋਂ ਪੈਂਸਿਲਵੇਨੀਆ 'ਚ ਇੱਕ ਚੋਣ ਰੈਲੀ ਦੌਰਾਨ ਉਹਨਾਂ ਤੇ ਗੋਲੀ ਚ ਲਾਈ ਗਈ ਸੀ ਉਸ ਹਮਲੇ ਵਿੱਚ 트ੰਪ ਨੂੰ ਮਾਮਲੀ ਸੱਟਾਂ ਲੱਗੀਆਂ ਸੀ ਸਸ ਨਾਲ ਉਹਨਾਂ ਦੇ ਸੱਜੇ ਕੰਨ ਤੇ ਸੱਟ ਲੱਗੀ ਸੀ ਦੋਵਾਂ ਘਟਨਾਵਾਂ ਵਿੱਚ 트ੰਪ ਸੁਰੱਖਿਅਤ ਰਹੇ ਤੇ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਪੇਸ਼ ਕੇ ਆਪਣੀ ਸੁਰੱਖਿਆ ਦੀ ਜਾਣਕਾਰੀ ਦਿੱਤੀ ਫਲੋਰੀਡਾ ਘਟਨਾ ਤੋਂ ਬਾਅਦ 트ੰਪ ਦੇ ਪ੍ਰਚਾਰ ਸੰਚਾਰ ਨਿਰਦੇਸ਼ਨ ਸਟੀਵਨ ਚਿੰਗ ਨੇ ਕਿਹਾ ਕਿ 트ੰਪ ਸੁਰੱਖਿਅਤ ਨੇ ਹੈਦਰਾਬਾਦ ਦੇ ਇੱਕ ਨੌਜਵਾਨ ਦੀ ਆਪਣੇ ਜਨਮਦਿਨ ਮੌਕੇ ਕੈਨੇਡਾ ਵਿੱਚ ਇੱਕ ਝੀਲ ਵਿੱਚ ਤੈਰਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਰੰਗਾ ਰਾੜੀ ਜ਼ਿਲ੍ਹੇ ਦੇ ਮੀਰਪੇਟ ਦਾ ਰਹਿਣ ਵਾਲਾ ਪ੍ਰਨੀਤ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਤਲਾਸ਼ ਵਿੱਚ ਸੀ ਪ੍ਰਨੀਤ 2019 ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ ਜਦੋਂ ਕਿ ਉਸ ਦਾ ਵੱਡਾ ਭਰਾ 2022 ਵਿੱਚ ਉੱਥੇ ਪਹੁੰਚਿਆ ਪਰਿਵਾਰ ਨੇ ਦੱਸਿਆ ਕਿ ਦੋਵੇਂ ਭਰਾ ਸ਼ਨੀਵਾਰ ਨੂੰ ਪ੍ਰਨੀਤ ਦਾ ਜਨਮਦਿਨ ਮਨਾਉਣ ਦੇ ਲਈ ਆਪਣੇ ਦੋਸਤਾਂ ਨਾਲ ਝੀਲ ਦੇ ਕਿਨਾਰੇ ਗਏ ਸਨ ਦੁਖੀ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਐਤਵਾਰ ਨੂੰ ਉਹ ਸਾਰੇ ਤਰਾਕੀ ਕਰਨ ਲਈ ਝੀਲ ਤੇ ਗਏ ਸੀ ਬਾਕੀ ਸਾਰੇ ਬਾਹਰ ਆ ਗਏ ਪਰ ਛੋਟਾ ਪੁੱਤਰ ਪ੍ਰਨੀਤ ਡੁੱਬ ਗਿਆ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਟੀਮ ਮੌਕੇ ਤੇ ਪਹੁੰਚੀ ਅਤੇ ਉਸ ਦੀ লাশ ਨੂੰ ਝੀਲ ਚੋਂ ਬਾਹਰ ਕੱਢਿਆ ਗਿਆ ਪਿਤਾ ਨੇ ਦੱਸਿਆ ਕਿ ਸੋਮਵਾਰ ਨੂੰ ਇਹ ਖਬਰ ਉਸਦੇ ਪੁੱਤਰ ਦੇ ਦੋਸਤਾਂ ਰਾਹੀਂ ਪਰਿਵਾਰ ਤੱਕ ਪਹੁੰਚੀ ਹੈ ਉਨ੍ਹਾਂ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਉਸ ਦੀ ਦੇਹ ਭਾਰਤ ਲਿਆਉਣ ਦੇ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ ਭਾਰਤੀ ਮੂਲ ਦੇ ਇੱਕ ਕੈਨੇਡੀਅਨ ਸੰਸਦ ਮੈਂਬਰ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਵਿਰੁੱਧ ਹਿੰਸਾ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਉਹ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਵਿਰੁੱਧ ਹਿੰਸਾ ਨੂੰ ਲੈ ਕੇ ਬਹੁਤ ਚਿੰਤਤ ਸਨ। ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬੰਗਲਾਦੇਸ਼ ਵਿੱਚ Hindu, Bodhi ਅਤੇ Isaiyan ਸਮੇਤ ਧਾਰਮਿਕ ਘਟਗਿੰਤਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਬਾਰੇ ਚਿੰਤਤ ਨੇ ਜਦੋਂ ਵੀ ਬੰਗਲਾਦੇਸ਼ ਵਿੱਚ ਅਸਥਿਰਤਾ ਹੁੰਦੀ ਹੈ ਧਾਰਮਿਕ ਘਟਗਿੰਤਿਆਂ ਨੂੰ ਖਾਸ ਕਰਕੇ ਹਿੰਦੂਆਂ ਨੂੰ ਇਸ ਤਰ੍ਹਾਂ ਖਮਿਆਜ਼ਾ ਪੁੱਗਤਣਾ ਪੈਂਦਾ ਹੈ 1971 ਵਿੱਚ ਬੰਗਲਾਦੇਸ਼ ਦੇ ਇੱਕ ਨਵੇਂ ਦੇਸ਼ ਦੇ ਰੂਪ ਵਿੱਚ ਬਣਨ ਤੋਂ ਬਾਅਦ ਇਸ ਦੇਸ਼ ਦੀ ਆਬਾਦੀ ਵਿੱਚ ਧਾਰਮਿਕ ਘਟਗਿੰਤਿਆਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਰਹਿ ਰਹੇ ਕੈਨੇਡੀਅਨ ਹਿੰਦੂਆਂ ਦੇ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਇਦਾਦਾਂ ਦੀ ਸੁਰੱਖਿਆ ਨੂੰ ਲੈ ਕੇ ਚੰਤੇ ਤਹਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਉੱਤਰੀ ਸਾਹਲ ਤੇ ਐਤਵਾਰ ਨੂੰ ਦੋ ਵਾਰੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਹਾਲ ਹੀ ਦੀ ਘੜੀ ਫੌਰੀ ਕਿਸੇ ਜਾਨੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਸੀ ਅਮਰੀਕਾ ਦੇ ਪਗੋਲਿਕ ਸਰਵੇ ਨੇ ਕਿਹਾ ਕਿ ਭੁਚਾਲ ਦਾ ਪਹਿਲਾ ਝਟਕਾ ਐਤਵਾਰ ਸਥਾਨਕ ਸਮੇਂ ਮੁਤਾਬਕ ਸ਼ਾਮੀ 3:20 ਤੇ ਆਇਆ ਜਿਸ ਦੇ ਰਿਕਟਰ ਸਕੇਲ ਤੇ ਛਿਧਤ 6.5 ਜਾਨਕੀ 6.5 ਮਾਪੀ ਗਈ ਹੈ ਉਚਾਲ ਦਾ ਕੇਂਦਰ ਵੈਨਕੂਵਰ ਦੇ ਉੱਤਰ ਵਿੱਚ 1720 ਕਿਲੋਮੀਟਰ ਦੀ ਦੂਰੀ ਤੇ ਹਾਈਡਾ ਗਵਈ ਵਿਖੇ ਧਰਤੀ 'ਚ 33 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਨੈਚਰਲ ਰਿਸੋਰਸਸ ਕੈਨੇਡਾ ਨੇ ਕਿਹਾ ਕਿ ਦੂਜਾ ਪੁਚਾਲ ਜਿਸ ਦੀ ਤੀਬਰਤਾ 4.5 ਮਾਪੀ ਗਈ ਸੀ ਦੇ ਛਟੇ ਇੱਕ ਘੰਟੇ ਮਗਰੋਂ ਉਸ ਇਲਾਕੇ 'ਚ ਮਹਿਸੂਸ ਕੀਤੇ ਗਏ। ਯੂਐਸ ਸੁਨਾਮੀ ਚੇਤਾਵਨੀ ਸੈਂਟਰ ਨੇ ਕਿਹਾ ਕਿ ਪੁਚਾਲ ਕਰਕੇ ਸੁਨਾਮੀ ਦਾ ਕੋਈ ਡਰ ਨਹੀਂ ਹੈ। ਪੁਚਾਲ ਕਰਕੇ ਜਾਨੀ-ਮਾਲੀ ਨੁਕਸਾਨ ਤੋਂ ਬਚਾ ਰਿਹਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 트াম্প ਦੀ ਪਤਨੀ ਮੈਲਾਨੀਆ 트াম্প ਨੇ ਆਪਣੇ ਕਰਸਾਲ 2022 ਵਿੱਚ ਹੋਈ FBI ਦੀ ਰੇਡ ਨੂੰ ਲੈ ਕੇ ਵੱਡਾ ਖੁਲਾਸਾ ਕਰਦਿਆਂ ਮੌਜੂਦਾ ਸਰਕਾਰ ਨੂੰ ਜੰਮ ਕੇ ਝਾੜ ਪਾਈ ਹੈ। ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਅਮਰੀਕਾ ਵਿੱਚ ਲੋਕਾਂ ਦੇ ਹੱਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ ਨਾ ਕਿ ਲੋਕਾਂ ਦੀ ਨਿੱਜਤਾ ਤੇ ਹਮਲਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੀ ਪਤਨੀ ਮੈਲਾਨੀਆ ਟਰੰਪ ਨੇ ਸਾਲ 2022 ਵਿੱਚ ਆਪਣੇ ਘਰ ਮਾਰੇ ਲਾਗੋ ਤੇ ਹੋਈ FBI ਦੀ ਰੇਡ ਨੂੰ ਲੈ ਕੇ ਅਮਰੀਕੀ ਸਰਕਾਰ ਨੂੰ ਜਮ ਕੇ ਲਾਨਤਾ ਪਾਈਆਂ ਦਰਸਾ ਲੇਖ ਅਕਤੂਬਰ ਨੂੰ ਮਿਲਾਨੀਆਂ ਟਰੰਪ ਵੱਲੋਂ ਆਪਣੇ ਜੀਵਨ ਦੇ ਕੁਝ ਕਿੱਸਿਆਂ ਤੇ ਇੱਕ ਕਿਤਾਬ ਮੈਂ ਮਾਇਰ ਰਿਲੀਜ਼ ਕੀਤੀ ਜਾ ਰਹੀ ਹੈ ਜਿਸ ਦਾ ਉਹਨਾਂ ਵੱਲੋਂ ਇੱਕ ਪ੍ਰੋਮੋਸ਼ਨਲ ਵੀਡੀਓ ਵੀ ਜਾਰੀ ਕੀਤਾ ਗਿਆ ਹੈ ਇਸ ਵਿੱਚ ਮਿਲਾਨੀਆਂ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਅਮਰੀਕੀ ਸਰਕਾਰ ਮੇਰੀ ਪ੍ਰਾਈਵੇਸੀ ਤੇ ਇਸ ਤਰ੍ਹਾਂ ਹਮਲਾ ਕਰਵਾਏਗੀ ਮਿਲਾਨੀਆਂ ਨੇ ਦੱਸਿਆ ਹੈ ਕਿ ਉਸ ਦਿਨ FBI ਦੀ ਟੀਮ ਨੇ ਜਦੋਂ ਉਹਨਾਂ ਦੇ ਘਰ ਰੇਡ ਕੀਤੀ ਤਾਂ ਉਹਨਾਂ ਨੇ ਉਸ ਦੇ ਨਿੱਜੀ ਸਮਾਨ ਦੀ ਵੀ ਤਲਾਸ਼ੀ ਲਈ ਉਹਨਾਂ ਨੇ ਕਿਹਾ ਕਿ ਇਹ ਕੇਵਲ ਮੇਰੀ ਕਹਾਣੀ ਨਹੀਂ ਹੈ ਬਲਕਿ ਇਹ ਅਮਰੀਕਾ ਦੇ ਸਾਰੇ ਨਾਗਰਿਕਾਂ ਦੇ ਲਈ ਚੇਤਾਵਨੀ ਹੈ ਸਾਡੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਦੇ ਲਈ ਇੱਕ ਰੈਲੀ ਦੌਰਾਨ 트럼ਪ ਨੇ ਵੀ ਕਿਹਾ ਸੀਗਾ ਕਿ FBI ਦੀ ਛਾਪੇਮਾਰੀ ਤੋਂ ਬਾਅਦ ਮਿਲਾਨੀਆਂ ਨੂੰ ਬੇਇੱਜ਼ਤ ਮਹਿਸੂਸ ਹੋਇਆ 트럼ਪ ਨੇ ਕਿਹਾ ਸੀਗਾ ਕਿ ਬਹੁਤ ਬੁਰਾ ਅਨੁਭਵ ਸੀ FBI ਦੇ ਅਧਿਕਾਰੀ ਮਿਲਾਨੀਆਂ ਦੀ Almari ਦੀ ਤਲਾਸ਼ੀ ਲੈ ਰਹੇ ਸੀ ਉਹਨਾਂ ਨੇ ਪੂਰੇ ਘਰ ਦੀ ਹਾਲਤ ਖਰਾਬ ਕਰ ਦਿੱਤੀ ਸੀ 트럼ਪ ਨੇ ਇਹ ਵੀ ਕਿਹਾ ਸੀਗਾ ਕਿ FBI ਦੇ 에ਜੰਟਾਂ ਨੇ ਉਹਨਾਂ ਦੇ 16 ਸਾਲਾ ਬੇਟੇ ਬੈਰਨ ਦੇ ਕਮਰੇ ਦੀ ਵੀ ਤਲਾਸ਼ੀ ਲਈ 트럼ਪ ਵੀ ਇਸੇ ਘਰ ਵਿੱਚ ਰਹਿੰਦੇ ਸੀ ਕਿਉਂਕਿ 2021 ਵਿੱਚ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਇੱਥੇ ਆ ਗਏ ਸੀ ਉਹਨਾਂ ਤੇ ਦੋਸ਼ ਲਗਾਇਆ ਗਿਆ ਸੀਗਾ ਕਿ ਉਹ ਆਪਣੇ ਨਾਲ ਕਈ ਸਰਕਾਰੀ ਅਤੇ ਖੂਫੀਆ ਦਸਤਾਵੇਜ਼ ਲੈ ਕੇ ਗਏ ਸਨ Ontario ਵਾਸੀ ਹੁਣ ਕਈ ਹੋਰ ਸਧਾਰਨ ਬਿਮਾਰੀਆਂ ਦਾ ਇਲਾਜ ਫਾਰਮ ਸਿਸਟਾ ਤੋਂ ਕਰਵਾ ਸਕਣਗੇ ਜੀ ਹਾਂ ਸੂਬਾ ਸਰਕਾਰ ਵੱਲੋਂ ਫਾਰਮੈਸਿਸ ਦੇ ਇਲਾਜ ਖੇਤਰ ਚ ਲਿਆਂਦੀਆਂ ਜਾਣ ਵਾਲੀਆਂ ਸਧਾਰਨ ਬਿਮਾਰੀਆਂ ਵਿੱਚ ਵਾਅਦਾ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ 13 ਮਾਮਲੀ ਬਿਮਾਰੀਆਂ ਦਾ ਇਲਾਜ ਉਹ ਕਰ ਰਹੇ ਨੇ ਨਵੀਂ ਸੂਚੀ ਵਿੱਚ ਦਰਮਿਆਨਾ ਸਿਰਦਰਦ ਨੀਂਦ ਨਾ ਆਉਣ ਦੀ ਸਧਾਰਨ ਸਮੱਸਿਆ, ਨੌਂਵਾਂ ਵਿੱਚ ਫੰਗਲ ਇਨਫੈਕਸ਼ਨ, ਨੱਕ ਬੰਦ ਹੋਣਾ, ਸਿਕਰੀ, ਰਿੰਗਵਾਰਮ ਜਾਂ ਦੰਦ ਅਤੇ ਖੁਸ਼ ਅੱਖਾਂ ਦੀ ਸਮੱਸਿਆ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੂੰਹ ਦੇ ਛਾਲਿਆਂ ਅਤੇ ਫੋੜੇ ਫਿੰਸੀਆਂ ਵਰਗੀਆਂ ਸਿਹਤ ਸਮੱਸਿਆਵਾਂ ਦੀ ਦਵਾਈ ਫਾਰਮਸਿਸਟ ਨੂੰ ਦੇਣ ਦਾ ਅਧਿਕਾਰ ਦਿੱਤਾ ਜਾ ਚੁੱਕਾ ਹੈ ਅਤੇ ਅਜਿਹੀਆਂ ਸਮੱਸਿਆਵਾਂ ਵਾਸਤੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਅਨਟਾਰੀਓ ਦੇ ਫਾਰਮਸਿਸਟ 1 ਜਨਵਰੀ 2023 ਤੋਂ ਖਾਂਗ ਦੁਕਾਨ ਵਰਗੀਆਂ ਸਿਹਤ ਸਮੱਸਿਆਵਾਂ ਦਾ ਇਲਾਜ ਕਰ ਰਹੇ ਨੇ ਤੇ ਸੂਬਾ ਸਰਕਾਰ ਇਸ ਸੂਚੀ ਵਿੱਚ ਲਗਾਤਾਰ ਵਾਤਾ ਹੋ ਰਿਹਾ ਹੈ ਸਿਹਤ ਮੰਤਰਾਲਾ ਦੇ ਮੁਤਾਬਕ ਸੂਬੇ ਦੀਆਂ ਜ਼ਿਆਦਾਤਰ ਫਾਰਮੇਸੀਆਂ ਇਸ ਯੋਜਨਾ ਵਿੱਚ ਸ਼ਾਮਲ ਹੋ ਚੁੱਕੀਆਂ ਨੇ ਤੇ ਲੱਖਾਂ ਲੋਕ ਯੋਜਨਾ ਦਾ ਫਾਇਦਾ ਚੁੱਕ ਰਹੇ ਨੇ ਸਿਹਤ ਮੰਤਰੀ ਸਿਲਵਿਆ ਜੋਨਸ ਨੇ ਦੱਸਿਆ ਕਿ ਅਨਟਾਰੀਓ ਵਾਸੀਆਂ ਨੂੰ ਇਹਨਾਂ ਸੇਵਾਵਾਂ ਵਾਸਤੇ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਨਹੀਂ ਕਰਨੀ ਪਵੇਗੀ ਤੇ OHIP ਰਾਹੀਂ ਹਰ ਸਹੂਲਤ ਮੱਈਆ ਕਰਵਾਈ ਜਾ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਕੈਨੇਡਾ ਦੇ ਹਸਪਤਾਲਾਂ ਵਿੱਚ ਅਣਕਿਆਸੀਆਂ ਮੌਤਾਂ ਦੀ ਗਿਣਤੀ 26 ਫੀਸਦੀ ਤੱਕ ਘਟਾਉਣ 'ਚ ਮਦਦ ਮਿਲੀ ਹੈ ਜੀਹਾਂ ਟੋਰਾਂਟੋ ਦੇ ਸੇਂਟ ਮਾਈਕਲਜ਼ ਹਸਪਤਾਲ ਵਿਖੇ 4 ਸਾਲ ਪਹਿਲਾਂ ਆਰੰਭੀ ਪ੍ਰਕਿਰਿਆਵਾਂ ਰਾਹੀਂ ਸੈਂਕੜੇ ਮਰੀਜ਼ਾਂ ਨੂੰ ਬਚਾਇਆ ਜਾ ਚੁੱਕਾ ਹੈ ਤੇ ਇਹ ਤਕਨੀਕ ਹੋਰਨਾ ਹਸਪਤਾਲਾਂ ਵਿੱਚ ਵੀ ਭਰਤੀ ਜਾ ਰਹੀ ਹੈ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਸਾਲੇ ਦੇ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ ਟੋਰਾਂਟੋ ਦੀ ਇੱਕ ਔਰਤ ਨੂੰ ਬੁਖਾਰ ਦੇ ਮਗਰੋਂ ਹਸਪਤਾਲ ਲਿਆਂਦਾ ਗਿਆ ਉਸਦੀ ਹਾਲਤ ਜ਼ਿਆਦਾ ਖਰਾਬ ਨਹੀਂ ਸੀ ਲੱਗ ਰਹੀ ਪਰ ਏਆਈ ਰਾਹੀਂ ਪਤਾ ਲੱਗ ਗਿਆ ਕਿ ਕਿਤੇ ਜ਼ਿਆਦਾ ਬਿਮਾਰ ਹੈ ਅਤੇ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੋਏਗੀ ਏਆਈ ਰਾਹੀਂ ਚਤਾਵਨੀ ਮਿਲ ਗਈ ਕਿ ਮਹਿਲਾ ਦੇ ਸਰੀਰ ਅੰਦਰ ਖੂਨ ਦੇ ਸਫੈਦ ਸੈੱਲ ਜ਼ਰੂਰਤ ਤੋਂ ਜ਼ਿਆਦਾ ਵੱਧ ਚੁੱਕੇ ਨੇ ਜਿਸ ਤੇ ਮੱਦੇਨਜ਼ਰ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਸਮਾਂ ਰਹਿੰਦੇ ਬਚਾਇਆ ਜਾ ਸਕਿਆ ਅਧਿਐਨ ਦੇ ਲੇਖਕ ਡਾਕਟਰ ਮੁਹੰਮਦ ਮਮਦਾਨੀ ਨੇ ਦੱਸਿਆ ਕਿ ਆਧੁਨਿਕ ਤਕਨੀਕ ਜ਼ਿੰਦਗੀਆਂ ਬਚਾਉਣ ਦੇ ਵਿੱਚ ਸ ਸਾਬਤ ਹੋ ਰਹੀ ਹੈ ਅਤੇ ਇਹ ਦੇਖ ਕੇ ਦਿਲ ਨੂੰ تسਲੀ ਮਿਲਦੀ ਹੈ ਅਦਨ ਟੀਮ ਦੇ ਵੱਲੋਂ ਸੇਂਟ ਮਾਈਕਲਜ਼ ਹਸਪਤਾਲ ਵਿੱਚ ਦਾਖਲ 13000 ਮਰੀਜ਼ਾਂ ਨਾਲ ਸੰਬੰਧਿਤ ਵੇਰਵਿਆਂ ਦੀ ਘੋਖ ਕੀਤੀ ਗਈ ਅਦਨ ਦੇ ਲੇਖਕਾਂ ਦੇ ਵਿੱਚੋਂ ਇੱਕ ਡਾਕਟਰ ਅਨਮੋਲ ਬਰਮਾ ਨੇ ਦੱਸਿਆ ਕਿ ਜਿੱਥੇ ਏਆਈ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਉੱਥੇ ਅਣਕਿਆਸੀਆਂ ਮੌਤਾਂ ਦੀ ਗਿਣਤੀ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ ਕੈਨੇਡਾ ਦੀਆਂ ਦੋ ਪਾਰਲੀਮੈਂਟਰੀ ਸੀਟਾਂ ਤੇ ਹੋ ਰਹੀ ਜਿਮਨੀ ਚੋਣ ਦੌਰਾਨ ਬਹੁਤ ਕੁਝ ਦਾਤੇ ਲੱਗਾ ਹੋਇਆ ਹੈ ਤੇ ਹਾਊਸ ਆਫ ਕਾਮਨਸ ਦਾ ਇਜ਼ਲਾਸ ਵੀ ਸ਼ੁਰੂ ਹੋ ਰਿਹਾ ਸੀ ਜਿੱਥੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਚਲਦਾ ਕਰਨ ਦੇ ਲਈ ਕੰਜ਼ਰਵੇਟਿਵ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਸੀ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਸੱਤਾਧਾਰੀ ਲਿਬਰਲ ਪਾਰਟੀ ਮੌਂਟਰੀਅਲ ਸੀਟ ਬਚਾਉਣ ਵਿੱਚ ਨਾਕਾਮਯਾਬ ਰਹਿੰਦੀ ਹੈ ਤੇ ਵਿਨੀਪੈਗ ਸੀਟ ਐਨਡੀਪੀ ਦੇ ਹੱਥੋਂ ਨਿਕਲ ਜਾਂਦੀ ਹੈ ਤਾਂ ਟਰੂਡੋ ਸਰਕਾਰ ਦਾ ਪਤਨ ਹੋਣ ਵਿੱਚ ਬਾਧਾ ਦਿਨ ਨਹੀਂ ਲੱਗਣਗੇ ਕੈਨੇਡਾ ਵਿੱਚ ਪਿਛਲੇ ਸਾਲ 23 ਜੂਨ ਨੂੰ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਨੇ ਇੰਨਾ ਤੂਲ ਫੜਿਆ ਹੈ ਕਿ ਇਸ ਨਾਲ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਘਟਦਾ ਨਜ਼ਰ ਨਹੀਂ ਆ ਰਿਹਾ ਇਸੇ ਦੌਰਾਨ ਜਸਟਿਨ ਟਰੂਡੋ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 25% ਤੱਕ ਘਟਾਉਣ ਦੇ ਨੀਤੀਗਤ ਫੈਸਲੇ ਨੇ ਕੈਨੇਡਾ 'ਚ ਪੜ ਰਹੇ ਪੰਜਾਬ ਸਮੇਤ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਲਈ ਸੰਕਟ ਪੈਦਾ ਕਰ ਦਿੱਤਾ ਹਾਲੀ ਦੇ ਸਾਲਾਂ 'ਚ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ 'ਚ ਪੜਨ ਦੇ ਲਈ ਵੀਜ਼ਾ ਪ੍ਰਾਪਤ ਕਰਨ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਦੁਆਬਾ ਅਤੇ ਮਾਲਵੇ ਦੇ ਲੱਖਾਂ ਵਿਦਿਆਰਥੀ ਇਸ ਦੇ ਨਾਲ ਬਹੁਤ ਪ੍ਰਭਾਵਿਤ ਹੋਏ ਨੇ ਇਸ ਘਟਨਾ ਨੇ ਭਾਰਤ ਵਿੱਚ ਅਸੰਤੁਸ਼ਟੀ ਅਤੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ ਮਾਇਰਾ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਜਿਹੜਾ ਨਹੀਂ ਘਟਦਾ ਤਾਂ ਇਸ ਦਾ ਅਸਰ ਕਾਰੋਬਾਰ ਸਮੇਤ ਕਈ ਸੈਕਟਰਾਂ ਤੇ ਪਏਗਾ ਤੇ ਜਿਹੜੇ ਭਾਰਤੀ ਵਿਦਿਆਰਥੀ ਕੈਨੇਡਾ ਚ ਪੜਨਾ ਚਾਹੁੰਦੇ ਨੇ ਉਹਨਾਂ ਨੂੰ ਇਸ ਦਾ ਖਮਿਆਜ਼ਾ ਜ਼ਿਆਦਾ ਭੁਗਤਣਾ ਪਏਗਾ ਕੈਨੇਡੀਅਨ ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ 'ਚ ਉਹਨਾਂ ਦੀ ਗਿਣਤੀ 40% ਦੀ ਦਿਖ ਰਹੀ ਹੈ ਭਾਰਤ ਨੇ 1947 ਚ ਆਪਣੀ ਆਜ਼ਾਦੀ ਤੋਂ ਬਾਅਦ ਕੈਨੇਡਾ ਨਾਲ ਕੂਟਨੀਤਿਕ ਸੰਬੰਧ ਸਥਾਪਿਤ ਕੀਤੇ ਸੀ ਭਾਰਤ ਅਤੇ ਕੈਨੇਡਾ ਵਿਚਕਾਰ ਲੋਕਤੰਤਰ ਮਨੁੱਖੀ ਅਧਿਕਾਰਾਂ ਕਾਨੂੰਨਾਂ ਦੇ ਸ਼ਾਸਨ ਅਤੇ ਬਹੁਲਵਾਦ ਦੇ ਸਾਂਝੇ ਸਿਧਾਂਤਾਂ ਤੇ ਆਧਾਰਿਤ ਲੰਬੇ ਸਮੇਂ ਤੋਂ ਦੁਵੱਲੇ ਸੰਬੰਧ ਰਹੇ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਦੁਵੱਲਾ ਵਪਾਰ ਲਗਭਗ 6 ਬਿਲੀਅਨ ਡਾਲਰ ਸੀ ਕੈਨੇਡਾ 'ਚ ਭਾਰਤੀ ਨਿਵੇਸ਼ ਦਾ ਮੁੱਲ 4 ਬਿਲੀਅਨ ਡਾਲਰ ਤੋਂ ਵੱਧ ਦੱਸਿਆ ਜਾਂਦਾ ਹੈ ਇਨਵੈਸਟਮੈਂਟ ਇੰਡੀਆ ਦੇ ਮੁਤਾਬਕ April 2000 ਤੋਂ March 2023 ਤੱਕ ਲਗਭਗ 3306 ਮਿਲੀਅਨ ਡਾਲਰ ਦੇ ਕੁੱਲ ਨਿਵੇਸ਼ ਨਾਲ ਕੈਨੇਡਾ ਭਾਰਤ ਚ 18ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ IC ਇੰਪੈਕਟ ਪ੍ਰੋਗਰਾਮ ਤਹਿਤ ਬਾਇਓ ਟੈਕਨੋਲੋਜੀ ਵਿਭਾਗ ਸਿਹਤ ਸੰਭਾਲ ਐਗਰੀ ਬਾਇਓ ਟੈਕ ਤੇ ਵੇਸਟ ਮੈਨੇਜਮੈਂਟ ਚ ਸਾਂਝੇ ਖੋਜ ਪ੍ਰੋਜੈਕਟਾਂ ਨੂੰ ਲਾਗੂ ਕਰ ਰਿਹਾ ਹੈ ਕੈਲਗਰੀ ਪੁਲਿਸ ਨੇ ਕੈਲਗਰੀ ਦੇ ਤਿੰਨ ਲੋਕਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਫਰਵਰੀ 2024 ਦੇ ਵਿੱਚ ਹਵਾਈ ਅੱਡੇ ਤੇ ਲੈਨੀ ਮੈਕਡੋਨਲਡ ਦੀ ਜਾਨ ਬਚਾਉਣ ਦੇ ਲਈ ਕੈਲਗਰੀ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਸੀ ਰਾਸ਼ਦੀਪ ਚੀਮਾ ਨਰਸ ਸ਼ੇਰੀ ਅਤੇ ਡੈਨਿਸ ਨੇ ਕੈਲਗਰੀ ਪੁਲਿਸ ਸੀਐਸਟੀ ਜੋਸ ਸਵੇਸ਼ ਨਾਲ ਮਿਲ ਕੇ ਮੈਕਡੋਨਲਡ ਨੂੰ ਬਚਾਉਣ ਦੇ ਲਈ ਕੰਮ ਕੀਤਾ ਜਦੋਂ ਕੈਲਗਰੀ ਫਲੇਮ ਦੇ ਦਿਗਜ ਨੂੰ ਟੋਰਾਂਟੋ ਤੋਂ ਪਰਤਣ ਤੋਂ ਬਾਅਦ ਦਿਲ ਦਾ ਦੌਰਾ ਪਿਆ ਤੇ ਉਹ ਬੇਹੋਸ਼ ਹੋ ਗਏ ਦੇਸ਼ 'ਚ ਕਰੋਨਾ ਵਾਇਰਸ ਦਾ ਖਤਰਾ ਫਿਰ ਤੋਂ ਮੰਡਰਾਉਣਾ ਸ਼ੁਰੂ ਹੋ ਗਿਆ। ਦਰਅਸਲ ਹਾਲੇ 'ਚ ਕੋਵਿਡ-19 ਐਕਸੀਸੀ ਦਾ ਨਵਾਂ ਰੂਪ ਸਾਹਮਣੇ ਆਇਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਵੈਰੀਐਂਟ ਪਹਿਲਾਂ ਜਰਮਨੀ ਵਿੱਚ ਪਾਇਆ ਗਿਆ ਫਿਰ ਇਹ ਹੌਲੀ-ਹੌਲੀ ਪੂਰੇ ਯੂਰਪ ਦੇ ਵਿੱਚ ਫੈਲ ਰਿਹਾ ਹੈ। ਸਕ੍ਰਿਪਟ ਰਿਸਰਚ ਟ੍ਰਾਂਸਲੇਸ਼ਨ ਇੰਸਟੀਚਿਊਟ ਕੈਲੀਫੋਰਨੀਆ ਦੇ ਡਾਕਟਰ ਐਰਿਕ ਦੇ ਮੁਤਾਬਕ ਇਹ ਇੱਕ ਘਾਤਕ ਰੂਪ ਹੈ ਤੇ ਲੋਕਾਂ ਨੂੰ ਇਸ ਤੋਂ ਆਪਣੇ ਆਪ ਨੂੰ ਬਚਾਉਣ ਦੀ ਲੋੜ ਹੈ। ਲੋਕਾਂ ਨੂੰ ਮਾਸਕ ਪਹਿਨਣਾ ਤੇ ਬੁਖਾਰ ਦੀ ਸਥਿਤੀ ਵਿੱਚ ਡਾਕਟਰ ਦੀ ਮਦਦ ਲੈਣ ਦੀ ਸਲਾਹ ਦਿੱਤੀ ਗਈ। ਜਾਂਦੇ ਹੈ ਫਿਲਹਾਲ ਭਾਰਤ ਵਿੱਚ ਇਸ ਨਵੇਂ ਵੈਰੀਐਂਟ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਪਰ ਸਿਹਤ ਮੰਤਰਾਲਾ ਇਸ ਤੇ ਨਜ਼ਰ ਰੱਖ ਰਿਹਾ ਜਰਮਨੀਜ਼ ਮੇਤ ਉਹਨਾਂ ਦੇਸ਼ਾਂ ਵਿੱਚ ਇਸ ਤੇ ਮਰੀਜ਼ਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਜਿੱਥੇ ਫੈਲਿਆ ਹੈ ਇਨਾਂ ਹੀ ਨਹੀਂ ਇਨਾਂ ਦੇਸ਼ਾਂ ਤੋਂ ਭਾਰਤ ਆਉਣ ਵਾਲੀਆਂ ਉਡਾਣਾਂ ਦੇ ਵੇਰਵੇ ਇਕੱਠੇ ਕੀਤੇ ਕਰਨ ਦਾ ਵਿਚਾਰ ਵੀ ਕੀਤਾ ਜਾ ਰਿਹਾ ਹੈ ਮਰਹੂਮ ਪੌਪ ਗਾਇਕ ਮਾਈਕਲ ਜੈਕਸਨ ਦੇ ਪਰਾ ਟਿਟੋ ਜੈਕਸਨ ਦਾ 70 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਟਿਟੋ ਗਿਟਾਰ ਵਜਾਉਣ ਗਾਉਣ ਅਤੇ ਨੱਚਣ ਦੇ ਵਿੱਚ ਮਾਹਿਰ ਸਨ ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਪ੍ਰਸ਼ੰਸਕ ਅੱਖਾਂ 'ਚ ਅੰਜੂ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਜੈਕਸਨ ਪਰਿਵਾਰ ਤੇ ਲੰਬੇ ਸਮੇਂ ਦੇ ਦੋਸਤ ਅਤੇ ਸਹਿਯੋਗੀ ਸਟੀਵ ਮਾਨਿੰਗ ਨੇ ਕੀਤੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਸਟੀਵ ਮਾਨਿੰਗ ਦਾ ਮੰਨਣਾ ਹੈ ਕਿ ਰੋਡ ਟ੍ਰਿਪ ਤੇ ਗੱਡੀ ਚਲਾਉਂਦੇ ਸਮੇਂ ਟਿਟੋ ਨੂੰ ਦਿਲ ਦਾ ਤੌਰ ਆ ਪਿਆ ਹਾਲਾਂਕਿ ਮੌਤ ਦਾ ਅਧਿਕਾਰਤ ਕਾਰਨ ਅਜੇ ਸਾਹਮਣੇ ਨਹੀਂ ਆਇਆ ਉੱਤਰੀ ਫਰਾਂਸ ਤੋਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਘੱਟੋ-ਘੱਟ 8 ਜਣਿਆਂ ਦੀ ਮੌਤ ਹੋ ਗਈ ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਘਟਨਾ ਉਸ ਸਮੇਂ ਵਾਪਰੀ ਜਦੋਂ ਅਧਿਕਾਰੀਆਂ ਨੇ ਉੱਤਰੀ ਸ਼ਹਿਰ ਐਬੈਲਟੀਊ ਸਟੇਕਸ ਸਮੁੰਦਰੀ ਤੱਟ ਨੇੜੇ ਇੱਕ ਬੇੜੀ ਸੰਕਟ ਝਿੜੀ ਦੇਖੀ ਜਿਸ ਤੇ ਤਰਜਨਾ ਲੋਕ ਸਵਾਰ ਸਨ ਚੈਨਲ ਤੋਂ ਉੱਤਰੀ ਸਾਗਰ ਦੇ ਇੰਚਾਰਜ ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਵੱਲੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਇੱਕ ਫਰਾਂਸੀਸੀ ਬਚਾਅ ਬੇੜਾ ਖੇਤਰ 'ਚ ਤਾਇਨਾਤ ਕੀਤਾ ਗਿਆ ਅਤੇ ਬਚਾਅ ਕਰਮੀਆਂ ਨੇ ਸਮੁੰਦਰੀ ਕਟਤੇ 53 ਪ੍ਰਵਾਸੀਆਂ ਨੂੰ ਮੈਡੀਕਲ ਸਹਾਇਤਾ ਮਹੱਈਆ ਕੀਤੀ ਹੈ ਬਿਆਨ ਚ ਕਿਹਾ ਗਿਆ ਕਿ ਤੁਰੰਤ ਮਦਦ ਮਹੱਈਆ ਕਰਵਾਏ ਜਾਣ ਦੇ ਬਾਵਜੂਦ 8 ਲੋਕਾਂ ਦੀ ਮੌਤ ਹੋ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਸਮੁੰਦਰ ਵਿੱਚ ਤਲਾਸ਼ੀ ਮਹੀਮ ਦੇ ਦੌਰਾਨ ਕੋਈ ਵਿਅਕਤੀ ਨਹੀਂ ਮਿਲਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲੀ USATV ਸਬਸਕ੍ਰਾਈਬ ਕਰ ਦਿਓ ਸ਼ੁਕਰੀਆ ਜੀ ਸਾਸ਼ਟ੍ਰੀਕਾ